ਤਰੀ ਕਵਰਪਾਲ ਗੁਜਰ ਜੀ ਤੇ ਪਹੁੰਚ ਚੁੱਕੇ ਨੇ ਔਰ ਬੱਚਿਆਂ ਨੂੰ ਜੀ ਹਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਵੇਲੇ ਦੀਆਂ ਤਸਵੀਰਾਂ ਪੀ ਡਬਲਯੂ ਡੀ ਰੈਸਟ ਹਾਊਸ ਤੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜਿਸ ਘੜੀ ਦਾ ਇੰਤਜ਼ਾਰ ਸੀ ਉਹ ਘੜੀ ਆਖਿਰਕਾਰ ਆਈ ਚੁੱਕੀ ਹੈ ਪੀ ਡਬਲਯੂ ਡੀ ਜਗਾਧਰੀ ਰੈਸਟ ਹਾਊਸ ਦੇ ਵਿੱਚ ਹਰਿਆਣਾ ਦੇ ਕੈਬਨਿਟ ਮੰਤਰੀ ਕਵਰਪਾਲ ਗੁਜਰ ਜੀ बच्चों के हौसलिया के माध्यम से हरियाणा का आभार भी किया है को शामिल करने के लिए क्या कुछ कहना चाहेंगे बच्चों को बहुत बहुत शुभकामनाए और अभी हम यहाँ एक अकेडमी भी इसके लिए खोलने वाले है जो अभी यहाँ अपना हम बना रहे हैं ये बंदा बहादुर जी की स्मृति में जो हम यहाँ बनाने लग रहे क्योंकि यहाँ उनकी राजधानी थी और यहाँ एक उनका किला था बहुत बड़ा और बहुत बड़ी देश के मान सम्मान की लड़ाई उन्होंने लड़ी तो उनकी याद में हम काफ़ी बड़ा प्रोजेक्ट है यहाँ पर इस प्रकार के जो गतका और इस प्रकार के और जो हैं और जो दक्षिण भारत के दक्षिण भारत के भी जो हैं ऐसे तो उनको भी हम यहाँ पे शुरू करने वाले हैं। सर है। क्या कुछ बच्चों का हौसला बढ़ाना चाहेंगे सिल्वर मेडल से जो है से क्या कुछ कहना क्या समार्ण चाहेंगे नहीं हम क्या बच्चों का हौसला बच्चों ने हमारा हौसला बढ़ा रखा है आजकल तो जी, जी, हम जितना हम सोचते हैं हरियाणा में कि हम ये करेंगे तो बच्चे उससे ज्यादा करके लेके आते हैं और केवल यही नहीं अपने देश में ही नहीं बल्कि विदेशों में भी बहुत नाम कमाया बच्चों ने क्या कुछ कहना चाहेंगे हरियाणा के साथ साथ यमुनानगर का जो है नाम रोशन किया बच्चों ने क्या कुछ कहना चाहेंगे हाँ नहीं निश्चित तौर से बहुत बहुत बधाई है बच्चों को और खेल के मामले में हरियाणा सरकार ने बहुत अच्छे जो उनका राशि है दूसरे और हैं वो भी सारे के सारे के अनाउंसमेंट कर रखी है उसके लिए एक पॉलिसी सरकार ने बना रखी है लोग उसका लाभ भी उठा रहे हैं बच्चे भी लाभ उठा रहे हैं और जिस प्रकार से पहले कई बार ऐसा भी होता था कि कुछ ਉਹ ਦੋ ਉਸका बेनिफिट मिल जाता था कुछ बेचारे रह जाते थे लेकिन सरकार ने इसलिए के लिए एक पॉलिसी बना दी जिसमें किसी के साथ भी कोई भेदभाव नहीं है और बच्चे भी उसी प्रकार से बहुत मेहनत कर रहे हैं एजली स्टेडियम की जो सिंथेटिक ट्रैक की है वो मंजूरी हुई है अभी तक बना किस तरह बक्कियां दे नाल कैबिनेट मंत्री शिक्षा मंत्री कवरपाल गुज्जर नो सम्मानित ਕੀਤਾ ਜਾ ਰਿਹਾ ਹੈ जी हां बड़ी देर तो बेसब्री दे नाल ਇਹਨਾਂ ਦਾ ਇੱਥੇ ਇੰਤਜ਼ਾਰ ਹੋ ਰਿਹਾ ਸੀ ਤੇ ਆਖਿਰਕਾਰ ਉਹ ਇੰਤਜ਼ਾਰ ਪੂਰਾ ਹੁੰਦਾ دکھائی ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਜਿਲ੍ਹਾ ਯਮਨਾ ਨਗਰ ਦੇ ਵਿੱਚ ਪਹਿਲੀ ਵਾਰ ਗਤਕਾ ਖੇਡ ਨੂੰ ਵੀ ਹਰਿਆਣਾ ਲੈਵਲ ਦੇ ਨਾਲ-ਨਾਲ ਇੰਟਰਨੈਸ਼ਨਲ ਲੈਵਲ ਤੇ ਮੌਕਾ ਮਿਲ ਚੁਕਿਆ ਹੈ ਔਰ ਪਹਿਲੀ ਵਾਰ 13 ਬੱਚਿਆਂ ਦੇ ਵਿੱਚੋਂ 6 ਬੱਚਿਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਮੈਡਲ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਕੈਬਨਿਟ ਸਿੱਖਿਆ ਮੰਤਰੀ ਇੱਥੇ ਪਹੁੰਚ ਚੁੱਕੇ ਨੇ ਜੀ ਹਾਂ ਬਹੁਤ ਦੇਰ ਦਾ ਬੱਚੇ ਇਹਨਾਂ ਦਿਨਾਂ ਇੰਤਜ਼ਾਰ ਕਰ ਰਹੇ ਸੀ ਪਰ ਆਖਿਰਕਾਰ ਉਹ ਇੰਤਜ਼ਾਰ ਪੂਰਾ ਹੁੰਦਾ ਦਿਖਾਈ ਦਿੱਤਾ ਹੈ ਔਰ ਤੁਸੀਂ ਦੇਖ ਸਕਦੇ ਹੋ ਪੀ ਡਬਲਯੂ ਡੀ ਜਗਾਦਰੀ ਰੈਸਟ ਹਾਊਸ ਵਿੱਚ ਸਿੱਖਿਆ ਮੰਤਰੀ ਕਵਰਪਾਲ ਗੁਜਰਜੀ ਇੱਥੇ ਪਹੁੰਚ ਚੁੱਕੇ ਨੇ ਬੱਚਿਆਂ ਦੇ ਹੌਸਲੇ ਨੂੰ ਵਧਾਉਂਦੇ ਹੋਏ ਕਿਸ ਤਰ੍ਹਾਂ ਇਹਨਾਂ ਨੂੰ ਮੈਡਲ ਦੇ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਵੇਲੇ ਦੀਆਂ ਲਗਾਤਾਰ ਤਸਵੀਰਾਂ ਤੁਹਾਨੂੰ ਯਮਨਾਨਗਰ ਯੂਨੀਵਰਸਿਟੀ ਨਿਊਜ਼ ਚ ਅਪੀਲ ਵੀ ਕਰਾਂਗੇ ਵੱਧ ਤੋਂ ਵੱਧ ਤੁਸੀਂ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੇ ਅੱਜ ਜ਼ਿਲ੍ਹਾ ਯਮਨਾ ਨਗਰ ਦਾ ਨਾ ਰੋਸ਼ਨ ਕੀਤਾ ਹੈ ਤੇ ਆਉਣ ਵਾਲੇ ਟਾਈਮ 'ਚ ਪੂਰੇ ਭਾਰਤ ਦੇ ਜਦਾਨਾ ਦੁਨੀਆ ਦੇ ਵਿੱਚ ਰੋਸ਼ਨ ਕਰੋ ਕਿਉਂਕਿ ਅੱਜ ਸਟੇਟ ਲੈਵਲ ਤੇ ਖੇਲੇ ਨੇ ਤੇ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੈ 올림픽 ਤੇ ਵਿੱਚ ਵੀ ਖੇਲਣਗੇ ਤੇ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਅੱਜ ਪੂਰੀ ਦੁਨੀਆ ਦੀ ਅਗਰ ਅਸੀਂ ਗੱਲ ਕਰੀਏ ਤੇ ਖੇਡਾਂ ਵਿੱਚ ਹਰਿਆਣਾ ਨੰਬਰ 1 ਤੇ ਹੀ ਆਂਦਾ ਹੈ ਔਰ ਇਸ ਵਾਰ ਵੀ ਗਤਕੇ ਦੇ ਵਿੱਚ ਹਰਿਆਣਾ ਦੇ ਆ ਨੂੰ ਕੋ ਬਾਊ ਮੈਡਮ ਦੀ ਉਸਤਾਨਾ ਵਿੱਚ ਵੀ ਹਿੱਸਾ ਲੈਂਦੇ ਆਪ ਆਉ ਦੋ ਬੁਟਾ ਦੇ ਕੇ ਆਉ ਪੀਟਰ ਕੋ ਬਾਊ ਜਰੂਰ ਬਾਊ ਦੀ ਕਰੀ ਉਸਤਾਦ ਜੀ ਕੋ ਪੜ੍ਹ ਕੇ ਆਏ ਆ ਨਾਸੇ ਮਨ ਆਵੇ ਮੈਡਮ ਕੇ ਪਾਸ ਕੇ ਕਵਰਪਾਲ ਜੀ ਨੇ ਤੇ ਇੱਕ ਫੋਨ ਤੇ ਆਏ ਨੇ ਮਤਲਬ ਕੋਈ ਵੀ ਬੰਦਾ ਪੂਰੇ ਇੰਡੀਆ ਦਾ ਹੈ ਨਾ ਕਿ ਸਾਨੂੰ ਚਾਹੀਦਾ ਹੈ ਤੇ ਪਰਸਨ ਆ ਗਿਆ ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਆਗੀ ਠੀਕ ਹੈ ਸਸ਼ੀਕਲ ਮੈਂ ਮਨਦੀਪ ਕੋਰ ਤੇ ਤੁਸੀਂ ਸਾਰੇ ਦੇਖ ਰਹੇ ਹੋ ਯਮਨਾ ਨਗਰ ਸਿਟੀ ਨਿਊਜ਼ ਭਾਰਤ ਦੇ ਵਿੱਚ ਅਗਰ ਅਸੀਂ ਖੇਡਾਂ ਦੀ ਗੱਲ ਕਰੀਏ ਤੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਨੇ ਪਰ ਜੇ ਖਾਸ ਕਰ ਆਪਾਂ ਅਸੀਂ ਸਿੱਖੀ ਸਿੱਖੀ ਕੌਮ ਦੀ ਸਭ ਤੋਂ ਵੱਡੀ ਜਿਹੜੀ ਔਰ ਸਭ ਤੋਂ ਮੇਨ ਸਭ ਤੋਂ ਜਿਹੜੀ ਮੁੱਖ ਜੜੀ ਅਸੀਂ ਕਹਿ ਸਕਦੇ ਹਾਂ ਗੇਮ ਜਿਹੜੀ ਗਤਕਾ ਜੀ ਹਾਂ ਗਤਕੇ ਦੇ ਨਾਮ ਤੋਂ ਤੁਸੀਂ ਸਾਰੇ ਜਾਣਦੇ ਹੋ ਜਿਹਨੂੰ ਹਰ ਗੁਰੂ ਮਹਾਰਾਜ ਦੇ ਗੁਰਪੁਰਬ ਦੇ ਵਿੱਚ ਵੀ ਤੁਹਾਨੂੰ ਦੇਖਣ ਦਾ ਮੌਕਾ ਮਿਲਦਾ ਹੈ ਕਿ ਕਿੰਨੀਆਂ ਨਿੱਕੀਆਂ ਨਿੱਕੀਆਂ ਉਮਰਾਂ ਦੇ ਜਿਹੜੇ ਬੱਚੇ ਨੇ ਉਹ ਇਸ ਗਤਕਾ ਦੇ ਵਿੱਚ ਪਰਫਾਰਮ ਕਰਦੇ ਨੇ ਅੱਜ ਤੱਕ ਇਹ ਗਤਕਾ ਜਿਹੜੀ ਗੇਮ ਸੀ ਜਿਹੜੀ ਖੇਡ ਸੀ ਇਹਨੂੰ ਕਦੀ ਵੀ ਹਰਿਆਣਾ ਲੈਵਲ ਦੇ ਉੱਤੇ ਕਦੀ ਵੀ ਮਤਲਬ ਮੌਕਾ ਨਹੀਂ ਮਿਲਿਆ ਸੀ ਆ ਬੱਚਿਆਂ ਨੂੰ ਕਿ ਆਪਣੀ ਪ੍ਰਤਿਭਾ ਨੂੰ ਕਦੀ ਉਭਾਰ ਸਕਦੇ ਪਰ ਪਹਿਲੀ ਵਾਰ ਇਹਨਾਂ ਨੂੰ ਇਸ ਤਰ੍ਹਾਂ ਦਾ ਮੌਕਾ ਮਿਲਿਆ ਹੈ ਹਰਿਆਣਾ ਸਰਕਾਰ ਵੱਲੋਂ ਇਹਨਾਂ ਨੂੰ ਕਿਤੇ ਨਾ ਕਿਤੇ ਹਰਿਆਣਾ ਦੇ ਵਿੱਚ ਕਿਤੇ ਵੀ ਐਸ ਗਤਕਾ ਨੂੰ ਗਤਕੇ ਨੂੰ ਪਰਫਾਰਮ ਕਰਨ ਵਾਸਤੇ ਇਹਨਾਂ ਨੂੰ ਇੱਕ ਬਹੁਤ ਵੱਡਾ ਇੱਕ ਪਲੇਟਫਾਰਮ ਮਿਲ ਚੁਕਿਆ ਹੈ ਜੀ ਹਾਂ ਅੱਜ ਤੋਂ ਪਹਿਲਾਂ ਇਹਨਾਂ ਦੀਆਂ ਜਿਹੜੀਆਂ ਕੋਚਿੰਗਾਂ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹਰ ਜਗ੍ਹਾ ਜਿਹੜੀਆਂ ਸੀ ਇਹਨਾਂ ਦੀਆਂ ਕੋਚਿੰਗ ਸੈਂਟਰ ਚਲਾਏ ਜਾ ਰਹੇ ਸੀ ਨਿੱਕੀ-ਨਿੱਕੀ ਉਮਰਾਂ ਦੇ ਬੱਚੇ ਉਹ ਕੋਚਿੰਗ ਸੈਂਟਰ ਦਾ ਹਿੱਸਾ ਵੀ ਬਣੇ ਹੋਏ ਸੀ ਕਿਉਂਕਿ ਅਗਰ ਅਸੀਂ ਅੱਜ ਦੇ ਦੌਰ ਦੀ ਗੱਲ ਕਰੀਏ ਤੇ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਹੜੇ ਸਾਡੇ ਸਿੱਖੀ ਇਤਿਹਾਸ ਨੂੰ ਜਿਹੜਾ ਜਾਣਦੇ ਵੀ ਨਹੀਂ ਹੈ ਉਸ ਇਤਿਹਾਸ ਤੋਂ ਇੰਨਾ ਜ਼ਿਆਦਾ ਦੂਰ ਹੁੰਦੇ ਜਾ ਰਹੇ ਨੇ ਮਾਪੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਟੀਚਰ ਵੀ ਨੇ ਜਿਹੜੇ ਆਪਣੇ ਬੱਚਿਆਂ ਨੂੰ ਮਾਪੇ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਦੇ ਨਾਲ ਰੁਭਰੂ ਕਰਵਾਉਣਾ ਚਾਹੁੰਦੇ ਨੇ ਜਾਗਰੂਕ ਕਰਨਾ ਚਾਹੁੰਦੇ ਨੇ ਕਿ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਖਾਸ ਕਰ ਤੁਸੀਂ ਜਾਣਦੇ ਹੋ ਜਿਹੜਾ ਆਪਣਾ ਦਸੰਬਰ ਦਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਸਾਡੇ ਗੁਰੂ ਗੋਬੀ ਸਿੰਘ ਮਹਾਰਾਜ ਜੀ ਦੇ ਨਿੱਕੇ ਨਿੱਕੇ ਸਹਿਬ ਜਾਨਿਆਂ ਨੇ ਕੜਾਕੇ ਜੀ ਸਰਦੀ ਚ ਕਿਸ ਤਰ੍ਹਾਂ ਆਪਣੇ ਆਪਣੇ ਪ੍ਰਾਣਾ ਦੀ ਆਹੂਤੀ ਦਿੱਤੀ ਸੀ ਤੇ ਇਸ ਤਰ੍ਹਾਂ ਦੇ ਹੀ ਜਿਹੜੇ ਨਿੱਕੀ ਉਮਰਾਂ ਦੇ ਜਿਹੜੇ ਅੱਜ ਬੱਚੇ ਨੇ ਜਿਹੜੇ ਜ਼ਿਲ੍ਹਾ ਯਮਨਾ ਨਗਰ ਤੋਂ 13 ਬੱਚੇ ਹਨ ਗਤਕਾ ਦੇ ਵਿੱਚ ਹਰਿਆਣਾ ਖੇਲੋ ਗੇਮ ਦੇ ਵਿੱਚ ਜਿਹੜਾ ਹੈ ਆਪਣਾ ਪਰਫਾਰਮੈਂਸ ਦਿੱਤੀ ਸੀ ਔਰ ਉਹਦੇ ਵਿੱਚ 6 ਜਿਹੜੇ ਬੱਚੇ ਨੇ ਸਿਲਵਰ ਤੇ ਬ੍ਰੌਂਜ਼ ਮੈਡਲ ਜਿਹੜੇ ਨੇ ਜਿੱਤ ਕੇ ਆਏ ਨੇ ਇਸ ਵੇਲੇ ਦੀਆਂ ਮੈਂ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਉਹ ਨਿੱਕੇ ਨਿੱਕੇ ਬੱਚਿਆਂ ਦੀਆਂ ਉਮਰਾਂ ਵੀ ਦਿਖਾ ਰਹੀਆਂ ਤੇ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਮੈਂ ਦਿਖਾ ਰਹੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਮਾਪੇ ਨੇ ਉਹ ਵੀ ਨਾਲ ਹੀ ਨੇ ਕਿਤੇ ਨਾ ਕਿਤੇ ਅੱਜ ਮਾਪਿਆਂ ਦੇ ਨਾਲ-ਨਾਲ ਉਸ ਟੀਚਰ ਦਾ ਵੀ ਹੈ ਜਿਹੜਾ ਛਾਤੀ ਜਿਹੜੀ ਹੈ ਇੰਨੀ ਮਤਲਬ ਇੱਕ ਸੀਨਾ ਚੋ ਦੇ ਵਿੱਚ ਮੌਕਾ ਮਿਲਿਆ ਹੈ ਔਰ ਅਜੇ ਨਾ ਦਾ ਜਿਹੜਾ ਨਾਂ ਹੈ ਕਿਸ ਤਰ੍ਹਾਂ ਰੋਸ਼ਨ ਹੋ ਰਿਹਾ ਹੈ ਜਿਹੜੇ ਬੱਚੇ ਨੇ ਉਹ ਵੀ ਸਾਡੇ ਨਾਲ ਨੇ ਟੀਚਰ ਵੀ ਸਾਡੇ ਨਾਲ ਨੇ ਸਭ ਤੋਂ ਪਹਿਲੇ ਤਾਂ ਮੈਂ ਬੱਚਿਆਂ ਨਾਲ ਗੱਲਬਾਤ ਜਰੂਰ ਕਰਨਾ ਚਾਹਾਂਗੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕੁਝ ਕਹਿਣਾ ਚਾਹੋਗੇ ਅੱਜ ਤੁਸੀਂ ਮੈਡਲ ਜਿੱਤ ਕੇ ਆਏ ਹੋ ਜਿੱਤ ਹਾਸਿਲ ਹੋਈ ਹੈ ਬਹੁਤ ਟਾਈਮ ਤੋਂ ਤੁਸੀਂ ਗਤਕੇ ਦੇ ਵਿੱਚ ਪਰਫਾਰਮ ਕਰ ਰਹੇ ਸੀ ਚਾਹੇ ਅਸੀਂ ਗੁਰਪੁਰਵ ਦੀ ਗੱਲ ਕਰੀਏ ਚਾਹੇ ਕਿਸੇ ਵੀ ਤਰ੍ਹਾਂ ਪਰ ਪਹਿਲੀ ਵਾਰ ਤੁਹਾਨੂੰ ਇਸ ਤਰ੍ਹਾਂ ਮੌਕਾ ਮਿਲਿਆ ਹੈ ਹਾਂਜੀ ਆਪਾਂ 8 ਸਾਲ ਤੋਂ ਸਿੱਖ ਰਹੇ ਆਂ 8 ਸਾਲ ਤੋਂ ਗਤਕਾ ਵੀ ਬੜੀ ਜਗ੍ਹਾ ਕਰ ਰਹੇ ਆਂ ਪਰ ਐਜੋ ਪਲੇਟਫਾਰਮ ਮਿਲਿਆ ਹੈ ਹਰਿਆਣਾ ਸਰਕਾਰ ਦੀ ਵਜਨ ਨਾਲ ਉਹ ਪਹਿਲੀ ਵਾਰੀ ਸੀ ਤੇ ਆਪਾਂ ਪਹਿਲੀ ਵਾਰੀ ਇੱਚੀ ਐਜੋ ਜਿੱਤ ਹਾਸਿਲ ਕੀਤੀ ਉਹ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਤੇ ਹਰਿਆਣਾ ਸਰਕਾਰ ਦੇ ਖੁਦ ਦਾ ਮਤਲਬ ਹੈ ਇੱਕ ਫੈਸਲਾ ਸੀ ਕਿ ਤੁਸੀਂ ਕਿਸੇ ਤਰ੍ਹਾਂ ਉੱਥੇ ਤੱਕ ਆਪਣਾ ਇੱਕ ਮੈਸੇਜ ਇੱਕ ਸੰਦੇਸ਼ਾ ਦਿੱਤਾ ਕਿ ਵੀ ਸਾਨੂੰ ਵੀ ਇਸ ਤਰ੍ਹਾਂ ਮੌਕਾ ਮਿਲਣਾ ਚਾਹੀਦਾ ਹੈ ਹਾਂਜੀ ਇਹ ਸਾਰਿਆਂ ਦਾ ਹੀ ਪੂਰੀ ਸਿੱਖ ਕੌਮ ਦਾ ਹੀ ਇੱਕ ਮਤਲਬ ਸਾਰਿਆਂ ਨੇ ਇਹ ਸੋਚਿਆ ਸੀ ਕਿ ਇਹ ਹੋਣਾ ਚਾਹੀਦਾ ਹੈ ਤੇ ਹਰਿਆਣਾ ਸਰਕਾਰ ਨੇ ਵੀ ਕੋਆਪਰੇਟ ਕੀਤਾ ਤੇ ਸਾਰਿਆਂ ਨੇ ਮਿਲ ਕੇ ਇਸ ਇਸ ਪਲਾਟਫਾਰਮ ਤੇ ਲੈ ਕੇ ਆਇਆ ਗਤਕਾ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਜਥੇਦਾਰ ਮਨਜੀਤ ਸਿੰਘ ਜੀ ਜਿਹੜੇ ਸਾਡੇ ਕੋਚ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਆਪਣੇ ਮਤਲਬ ਐਨੇ ਬਿਜ਼ੀ ਸ਼ਡਿਊਲ ਚ ਰੋਜ਼ ਸਾਨੂੰ ਟਾਈਮ ਦੇ ਰਹਾ ਬਹੁਤ ਡਿਫਿਕਲਟ ਟਰਸ ਜੋ ਉਹਨਾਂ ਡਰ ਨਹੀਂ ਲੱਗਦਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਐਕਸਪਰਟ ਹੋ ਜਾਨੇ ਪਰ ਕਿਤੇ ਨਾ ਕਿਤੇ ਝਿਜਕ ਸੀ ਅੰਦਰ ਕਿ ਅਸੀਂ ਬਾਹਰਲੇ ਉਹਦੇ ਚ ਜਾ ਰਹੇ ਹਾਂ ਮਤਲਬ ਅਦਰ ਸਿਟੀ ਚ ਜਾ ਰਹੇ ਹਾਂ ਔਰ ਉੱਥੇ ਸਾਨੂੰ ਪਰਫਾਰਮ ਕਰਨ ਦਾ ਮੌਕਾ ਮਿਲ ਰਿਹਾ ਹਾਂ ਜੀ ਆਪਾਂ ਗਏ ਸੀ ਸਾਨੂੰ ਡਰ ਇਸ ਗੱਲ ਦਾ ਨਹੀਂ ਸੀ ਕਿ ਆਪਾਂ ਹਾਰਾਂਗੇ ਸਾਨੂੰ ਬਸ ਇਹ ਸੀ ਕਿ ਆਪਾਂ ਆਪਣਾ ਬੈਸਟ ਦੇਣਾ ਹੈ ਜੇ ਆਪਾਂ ਆਪਣਾ ਬੈਸਟ ਨਹੀਂ ਕਰਕੇ ਉਸ ਗੱਲ ਦਾ ਸਾਨੂੰ ਡਰ ਸੀ ਇਹ ਨਹੀਂ ਕਿ ਕੀ ਨਾਮ ਕੀ ਤੁਹਾਡਾ ਮਹਿਕਪ੍ਰੀਤ ਕੋਟ ਮਹਿਕਪ੍ਰੀਤ ਮਹਿਕ ਤੁਹਾਡੀ ਉਮਰ ਕਿੰਨੀ ਹੈ ਤੁਹਾਡੀ 15 ਇਅਰਸ 15 ਇਅਰ ਮਹਿਕਪ੍ਰੀਤ ਜੀ ਇਸ ਵੇਲੇ ਮੈਂ ਤੁਹਾਡੇ ਨੂੰ ਤਸਵੀਰਾਂ ਦਿਖਾ ਰਹੀ ਹਾਂ ਬ ਇਹੀ ਕਹਿਣਾ ਹੈ ਕਿ ਅਸੀਂ ਇਸ ਗੱਲ ਨੂੰ ਲੈ ਕੇ ਡਰੇ ਨੇ ਕਿ ਅਸੀਂ ਮਤਲਬ ਹਾਰਾਂਗੇ ਲੇਕਿਨ ਕਿਤੇ ਨਾ ਕਿਤੇ ਆਪਣੇ ਜਿਹੜੇ ਕੋਚ ਨੇ ਉਹਨਾਂ ਦਾ ਜਿਹੜਾ ਸੀਨਾ ਹੈ ਇਹਨਾਂ ਨੇ ਛਾਤੀ ਜਿਹੜੀ ਹੈ ਝੋੜੀ ਕਰ ਦਿੱਤੀ ਹੈ ਪ੍ਰਾਊਡ ਜੀ ਇਹਨਾਂ ਨੂੰ ਫੀਲਿੰਗ ਆ ਰਹੀ ਹੈ ਕਿਉਂਕਿ ਅੱਜ ਇਹਨਾਂ ਦੇ ਨਾਮ ਦੇ ਉੱਤੇ ਕਿਤੇ ਨਾ ਕਿਤੇ ਜਿਹੜੇ ਇਹਨਾਂ ਦੇ ਟੀਚਰ ਨੇ ਉਹਨਾਂ ਨੂੰ ਵੀ ਬੜਾ ਹੀ ਜ਼ਿਆਦਾ ਫਰਕ ਮਤਲਬ ਫਕਰ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਤਮਾਮ ਇੱਥੇ ਜਿਹੜੇ ਵੱਡੇ ਵੱਡੇ ਸਟੂਡੈਂਟਸ ਨੇ ਪਰ ਹੈ ਸਾਰੇ 18 ਸਾਲ ਤੋਂ ਨੀਚੇ ਦੇ ਹੀ ਜੀ ਹਾਂ ਜਿਨ੍ਹਾਂ ਨੇ ਗਤਕੇ 'ਚ ਮੈਡਲ ਲਏ ਨੇ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾ ਮੈਂ ਕਿੱਥੇ ਦੇ ਰਹਿਣ ਵਾਲੇ ਹਾਂ ਅਸੀਂ ਹਮਨਾਗਰ ਦੇ ਹੀ ਰਹਿਣ ਵਾਲੇ ਹਾਂ ਹਮਨਾਗਰ ਦੇ ਪਹਿਲਾਂ ਵੀ ਕਦੀ ਇਸ ਤਰ੍ਹਾਂ ਪਰਫਾਰਮ ਕੀਤਾ ਹੈ ਜਿੱਦਾਂ ਗੱਤਕੇ ਵਗੈਰਾ ਦੇ ਵਿੱਚ ਗੱਤਕਾ ਅਸੀਂ ਨਗਰਕਿਰਤਨਿਸ਼ਤਾ ਬਹੁਤ ਖੇਡਿਆ ਹੈ ਬਟ ਐਵੇਂ ਕਦੀ ਸਟੇਟ ਲੈਵਲ ਤੇ ਜਾ ਕੇ ਨਹੀਂ ਅਸੀਂ ਖੇਡਿਆ ਤੇ ਗੱਤਕੇ ਤੋਂ ਕਦ ਤੋਂ ਜੁੜੇ ਹੋ ਕਦ ਤੋਂ ਸਿੱਖਦੇ ਆ ਰਹੇ ਹੋ ਗੱਤਕਾ 2 ਸਾਲ ਹੋ ਗਏ ਲੈ ਮੇਰੇ ਅੱਛਾ 2 ਸਾਲ ਪਹਿਲੇ ਜਿੱਦਾਂ ਸੀ ਹਾਂਜੀ ਠੀਕ ਹੈ ਠੀਕ ਹੈ ਹੁਣ ਕੀ ਕੁਝ ਕਹਿਣਾ ਚਾਹੋਗੇ ਹਰਿਆਣਾ ਸਰਕਾਰ ਨੇ ਇਹਨਾਂ ਵਧੀਆ ਤੁਹਾਨੂੰ ਮੌਕਾ ਦਿੱਤਾ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਹੈ ਹਰਿਆਣਾ ਸਰਕਾਰ ਏ ਗੱਤ ਦਾ ਗੱਤ ਕਾ ਸਾਡੀ ਜੋ ਗੇਮ ਹੈ ਇਹਨੂੰ ਸਟੇਟ ਲੈਵਲ ਤੱਕ ਲੈ ਕੇ ਗਏ ਅੱਗੇ ਨੈਸ਼ਨਲ ਲੈਵਲ ਤੱਕ ਖੇਲੋ ਇੰਡੀਆ ਹੈਗਾ ਸਾਡਾ ਤਾਂ ਫਿਰ ਪਹਿਲੇ ਤਾਂ ਮੈਂ ਆਪਣੀ ਗਵਰਨਮੈਂਟ ਨੂੰ ਥੈਂਕ ਯੂ ਕਰਨਾ ਚਾਹਾਂਗੀ ਇਸ ਲਈ ਤੇ ਉਹ ਸਾਨੂੰ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਣ ਐਸਾਡੀ ਐਕਸਪੈਕਟੇਸ਼ਨਸ ਨੇ ਜੀ ਜੀ ਤੇ ਤੁਸੀਂ ਦੇਖ ਸਕਦੇ ਹੋ ਸਿੱਖੀ ਕੌਮ ਵਾਸਤੇ ਹੀ ਸਿਰਫ ਇਹ ਗਤਕਾ ਨਹੀਂ ਹੈ ਜਿਹੜੀ ਖੇਡ ਹੈ ਸਿਰਫ ਸਿੱਖੀ ਵਾਸਤੇ ਹੀ ਨਹੀਂ ਹੈ ਇਹਦੇ ਚ ਬਲਕਿ ਜਿਹੜੇ ਅਦਰ ਕਾਸਟ ਦੇ ਜਿਹੜੇ ਮਾਪੇ ਨੇ ਉਹ ਵੀ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੌਰ ਉੱਭਰੂ ਕਰਵਾਉਣ ਵਾਸਤੇ ਇਸ ਕੋਚਿੰਗ ਸੈਂਟਰ ਦੇ ਅੰਦਰ ਤੁਸੀਂ ਆ ਸਕਦੇ ਹੋ ਟੀਚਰਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਇੱਕ ਵਾਰ ਮੈਂ ਆਪਣੇ ਚੈਨਲ ਤੇ ਜਿਹੜੇ ਗਤਕਾ ਵਾਲੇ ਜਿਹੜੇ ਟੀਚਰ ਨੇ ਜਿਹੜੇ ਕੋਚ ਸਾਡੇ ਨਾਲ ਜੁੜੇ ਨੇ ਇਹਨਾਂ ਦਾ ਕੰਟੈਕਟ ਨੰਬਰ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਐਵੇਂ ਦੀ ਬੱਚੀ ਵੀ ਹੈ ਉਹਦਾ ਨਾਮ ਜਾਨਣਾ ਚਾਹਾਂਗੀ ਜਦ ਕਿ ਉਹ ਸਿੱਖੀ ਕੌਮ ਦੀ ਨਹੀਂ ਹੈ ਫੇਰ ਵੀ ਪਤਾ ਨਹੀਂ ਮਾਪਿਆਂ ਨੇ ਕੀ ਕੁਝ ਸੋਚ ਕੇ ਤੁਸੀਂ ਸੋਚ ਦੇਖੋ ਕਿ ਉਹ ਮਾਪਿਆਂ ਦੀ ਕੀ ਸੋਚ ਹੋएगी ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਿੱਖੀ ਇਤਿਹਾਸ ਤੋਂ ਰੁਭਰੂ ਕਰਵਾਉਣ ਵਾਸਤੇ ਆਪਣੀ ਬੱਚੀ ਨੂੰ ਇਸ ਗਤਕੇ ਦੇ ਵਾਸਤੇ ਅੱਗੇ ਕੀਤਾ ਇਹੋ ਜੇ ਮਾਪਿਆਂ ਨੂੰ ਵੀ ਇੱਕ ਸਲੂਟ ਬਣਦਾ ਹੈ ਜੀ ਹਾਂ ਸਭ ਤੋਂ ਪਹਿਲੇ ਤੇ ਆਪਣਾ ਨਾਮ ਦੱਸੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੇਰਾ ਨਾਮ ਭੂਮਿਕਾ ਹੈ ਕਿ ਨਾਮ ਹੈ ਭੂਮਿਕਾ 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 ਤੁਸੀਂ ਕਦੋਂ ਇਸ ਗਤਕੇ ਦੇ ਵਿੱਚ ਦੋ ਸਾਲ ਦੋ ਸਾਲ ਤੋਂ ਹਾਂ ਜੀ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਅੱਛਾ ਲੱਗ ਰਿਹਾ ਮੈਡਲ ਕਿੰਨਾ ਟਾਈਮ ਪਹਿਲੇ ਐਕਸਪਰਟ ਹੋਗੇ ਸੀ ਗਤਕਾ ਖੇਲਣ ਜੀ ਕਿੰਤੋ ਇੱਕ ਸਾਲ ਚ ਇੱਕ ਸਾਲ ਚ ਤੇ ਕਦੀ ਗੁਰੂ ਜਿੱਦਾਂ ਗੁਰੂ ਮਹਾਰਾਜ ਦਾ ਗੁਰਪੁਰਬ ਆਉਂਦਾ ਆਉਂਦੇ ਚ ਵੀ ਕਦੀ ਮੌਕਾ ਮਿਲਿਆ ਤੁਹਾਨੂੰ ਖੇਡਣ ਦਾ ਹਾਂਜੀ ਜਮਨਾਗਰ ਲੈਵਲ ਚ ਹਾਂਜੀ ਤੇ ਤੁਹਾਨੂੰ ਕੀ ਕੁਝ ਕਹਿਣਾ ਚਾਹੋਗੇ ਪਹਿਲੀ ਵਾਰ ਸਰਕਾਰ ਨੇ ਤੁਹਾਨੂੰ ਇੰਨਾ ਵਧੀਆ ਮੌਕਾ ਦਿੱਤਾ ਹੈ ਕਿ ਤੁਸੀਂ ਬਾਹਰ ਵੀ ਖੇਡ ਖੇਡ ਸਕਦੇ ਹੋ ਕੀ ਕੁਝ ਕਹਿਣਾ ਚਾਹੋਗੇ ਮੈਂ ਪਹਿਲਾਂ ਤਾਂ ਮੇਰੇ ਮਮੀ ਪਾਪਾ ਨੂੰ ਥੈਂਕ ਯੂ ਕਹਿਣਾ ਚਾਹੁੰਗੀ ਕਿ ਮੇਰੇ ਪਾਪਾ ਜਥੀ ਨੇ ਹਾਂ ਜੀ ਉਹਨਾਂ ਨੇ ਮੈਨੂੰ ਮੌਕਾ ਦਿਆ ਕਿ ਮੈਂ ਕਿਸੇ ਹੋਰ ਮਤਲਬ ਸਿੱਖੀ ਜਾ ਕੇ ਸਿੱਖੀ ਮਤਲਬ ਇਹ ਇਤਿਹਾਸ ਸਿੱਖ ਸਕੂ ਇਹ ਔਰ ਔਰ ਮੈਂ ਮੇਰੇ ਮੈਮ ਕੋਰ ਮੇਰੇ ਉਸਤਾਦ ਜੀ ਕੋ ਬਹੁਤ ਬਹੁਤ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਔਰ ਹਰਿਆਣਾ ਸਰਕਾਰ ਕੋ ਚਲੋ ਮੈਡਮ ਤੁਸੀਂ ਸਾਡੇ ਨਾਲ ਹੀ ਜੁੜੇ ਨੇ ਮੈਡਮ ਇੱਕ ਵਾਰ ਇਸ ਬੱਚੀ ਨੂੰ ਕਿਤੇ ਨਾ ਕਿਤੇ ਤੁਹ ਜਿਹੜੀ ਇੱਕ ਵਾਰ ਸਿੱਖਦੀ ਸਿੱਖੀ ਦੇ ਵਿੱਚ ਖੁੱਦ ਵੀ ਤੇ ਉਹਨੂੰ ਬਿਲਕੁਲ ਜੀ ਬਿਲਕੁਲ ਇਹ ਬੱਚੇ ਸਾਡੇ ਚ ਰਹਿ ਕੇ ਹਿੰਦੀ ਪੰਜਾਬੀ ਮਿਕਸ ਬੋਲਦੀ ਹੈ ਜੋ ਸੰਜਿਆ ਦਾ ਅੱਛਾ ਲੱਗਦਾ ਹੈਗਾ ਹੋਲੀ-ਓਲੀ ਇਹ ਪੰਜਾਬੀ ਚ ਐਕਸਪਰਟ ਹੋ ਜੇ ਕਿ ਸਾਡੀ ਲੈਂਗੁਏਜ ਨੂੰ ਫੋਲੋ ਕਰ ਰਹੀ ਹੈ ਬੜੇ ਅੱਛੇ ਤਰੀਕੇ ਨਾਲ ਕੀ ਕੁਝ ਕਹਿਣਾ ਚਾਹੋਗੇ ਅੱਜ ਬੱਚੇ ਨੇ ਤੁਹਾਡਾ ਜਿਹੜਾ ਨਾ ਹੈ ਬਹੁਤ ਨਾ ਉੱਚਾ ਕੀਤਾ ਹੈ ਕਿ ਜੋ ਮੈਂ ਤਾਂ ਨਾ ਤੇ ਦਿਨ ਰਾਤ ਕੀਤੀਆਂ ਜਾ ਰਹੀਆਂ ਸੀ ਜਦੋਂ ਬੱਚੇ ਮਤਲਬ ਇਹ ਸਭ ਕੁਝ ਮੈਡਲ ਲੈ ਕੇ ਆਂਦੇ ਨੇ ਤੇ ਪਤਾ ਨਹੀਂ ਸਾਡੀ ਝੋਲੀ 'ਚ ਕੀ ਪਾ ਦਿੰਦ ਨੇ ਉਹ ਖੁਸ਼ੀ ਦਾ ਤੇ ਅੰਦਾਜ਼ਾ ਤੁਸੀਂ ਨਹੀਂ ਲਗਾ ਸਕਦੇ ਹੋ ਕਿ ਮਤਲਬ ਮੈਂ ਆਪਣੀਆਂ ਫੀਲ ਐਕਸਪ੍ਰੈਸ ਕਰ ਨਹੀਂ ਪਾਵਾਂਗੀ ਕਿ ਮਤਲਬ ਜਦੋਂ ਬੱਚੇ ਇਹ ਸਭ ਕੁਝ ਜਦੋਂ ਉੱਥੇ ਫਸਟ ਸੈਕਿੰਡ ਥਰਡ ਦਾ ਜੋ ਇੱਕ ਸਟੇਜ ਬਣਿਆ ਹੁੰਦਾ ਜਦੋਂ ਬੱਚੇ ਸਾਡੇ ਉਹ ਸਟੇਜ ਤੇ ਖੜੇ ਹੁੰਦੇ ਨੇ ਕਿ ਜਮਨਾ ਨਗਰ ਮਤਲਬ ਜਦੋਂ ਅਨਾਉਂਸ ਹੁੰਦਾ ਹੈ ਕਿ ਜਮਨਾ ਨਗਰ ਦੇ ਬੱਚੇ ਜਿੱਤ ਕੇ ਜਾ ਰਹੇ ਹੈਗੇ ਤਾਂ ਤਾਂ ਇੱਕ ਬੜੀ ਅਲੱਗ ਜੀ ਖੁਸ਼ੀ ਮਹਿਸੂਸ ਹੁੰਦੀ ਹੈ ਕੀ ਕੁਝ ਕਹਿਣਾ ਚਾਹੋਗੇ ਹਰਿਆਣਾ ਸਰਕਾਰ ਨੂੰ ਕੀ ਕੁਝ ਕਹਿਣਾ ਚਾਹੋਗੇ ਹਰਿਆਣਾ ਸਰਕਾਰ ਦੇ ਵੀ ਬਹੁਤ ਸਾਰੇ ਐਫਰਟਸ ਨੇ ਕਿ ਉਹਨਾਂ ਨੇ ਗਤਕੇ ਨੂੰ ਇਸ ਲੈਵਲ ਤੇ ਹੋਰ ਸਪੋਰਟਸ ਨੂੰ ਜਿੱਥੇ ਜਗ੍ਹਾ ਦਿੱਤੀ ਹੈ ਉੱਥੇ ਨਾਲ ਹੀ ਐਸ ਗੇਮ ਨੂੰ ਵੀ ਉਹਨਾਂ ਨੇ ਜਗ੍ਹਾ ਦੇ ਦਿੱਤੀ ਇਹ ਸ਼ੌਂਕ ਨਾਲ ਬੱਚੇ ਹੋਰ ਗਤਕੇ ਨਾਲ ਜੁੜਨਗੇ ਸਾਨੂੰ ਇਹ ਸਭ ਤੋਂ ਵੱਡੀ ਖੁਸ਼ੀ ਹੈ ਤੇ ਮੈਨੂੰ ਕਿੰਨੇ ਟਾਈਮ ਤੋਂ ਆਪਣੇ ਕੋਚਿੰਗ ਸੈਂਟਰ ਚੱਲ ਰਹੀ ਨੇ ਯਮਨानगर ਵਿੱਚ ਯਮਨानगर ਚ ਐ ਫਾਈਟਸ ਤੋਂ ਰਿਲੇਟਿਡ ਤੇ ਐ ਸਾਡੇ ਕੋਲ ਖੇਲੋ ਇੰਡੀਆ ਦੀ ਨਰਸਰੀ ਸਾਡੇ ਕੋਲ 3 ਮਹੀਨੇ ਤੋਂ ਪਹਿਲੇ ਤੋਂ ਹੀ ਆਈ ਹੈ ਬਸ ਐ ਫਾਈਟਸ ਦੇ ਰੂਲਸ ਅਲੱਗ ਨੇ ਐ ਉਹ ਗੱਤਕਾ ਨਹੀਂ ਹੈਗਾ ਜੋ ਆਪਾਂ ਨਾਰਮਲੀ ਤੌਰ ਤੇ ਆਪਾਂ ਨਗਰ ਕੀਰਤਨ ਚ ਖੇਡਦੇ ਆਂ ਇਹਦੀਆਂ ਫਾਈਟਸ ਦੇ ਰੂਲਸ ਅਲੱਗ ਨੇ ਜੋ ਗੱਤਕਾ ਐਸੋਸੀਏਸ਼ਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਇੱਕ ਬੁੱਕ ਹੈ ਕਿ ਉਹਦੇ ਚ ਸਾਰੇ ਰੂਲਸ ਲਿਖੇ ਹੋਏ ਨੇ ਉਹ ਪੜ੍ਹ ਕੇ ਆਪਾਂ ਬੱਚਿਆਂ ਨੂੰ ਇਹ ਸਾਰੇ ਰੂਲਸ ਦੇ ਮੁਤਾਬਿਕ ਸਿਖਾਈਏ ਕਿ ਇਹਦਾ ਫਾਉਲ ਕਿੱਥੇ ਐ ਸਕੋਰ ਕਿੱਥੇ ਕਤਕਾ ਨਹੀਂ ਹੈ ਕਿ ਜੋ ਨਗਰ ਕੀਰਤਨ ਕਿਹਦੇ ਨੇ ਐ ਫਾਈਟ ਦੇ ਸਾਰੇ ਰੂਲਸ ਨੇ ਉਹ ਰੂਲਸ ਦੇ हिसाब ਨਾਲ ਜਿੱਤ ਉਹਰ ਹਰ ਫਾਈਨਲ ਹੁੰਦੀ ਹੈ ਕਿ ਬੱਚਨ ਕਿੰਨੇ ਸਕੋਰ ਮਿਲ ਲੈਣੇ ਹੈ ਦੇ ਬੱਚਿਆਂ ਨੂੰ ਅੱਜ ਮੈਡਲ ਮਿਲੇ ਨੇ ਤੇ ਕੋਈ ਨੇਤਾ ਜਾਂ ਕੋਈ ਮੰਤਰੀ ਵਗੈਰਾ ਕਿਸੇ ਵੱਲੋਂ ਇਸ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਐਸੀ ਪਹਿਲੇ ਡੀਐਸਓ ਫਿਸ ਪਹਿਲੇ ਕਾਲ ਕੀਤੀ ਸੀਗੀ ਕਿ ਉਹ ਕਹ ਰਹੇ ਸੀ ਕਿ ਉਹਨਾਂ ਦੇ ਸ਼ੈਡਿਊਲਸ ਬੜੇ ਬਿਜ਼ੀ ਨੇ ਉਹ ਆਪਣੇ ਆਫਿਸ ਵਿੱਚ ਵੀ ਬੁਲਾਣਗੇ ਬੱਚਿਆਂ ਨੂੰਰ ਸਨਮਾਨ ਕਰਨਗੇ ਕਿਉਂਕਿ ਇਹਨਾਂ ਬੱਚਿਆਂ ਦਾ ਸਨਮਾਨ ਇਸ ਕਰਕੇ ਵੀ ਬੰਦਾ ਕਿਤੇ ਇਹਨਾਂ ਦੇ ਐਫਰਟਸ ਨੇ ਕਿ ਆਪਣੇ ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਨੇ ਗਤਕੇ ਨੂੰ ਚੂਜ਼ ਕਰਕੇ ਸਾਨੂੰ ਅੱਗੇ ਵਧਾ ਰਹੇ ਨੇ ਦੂਸਰਾ ਅਗਰ ਇਹਨਾਂ ਨੂੰ ਸਨਮਾਨ ਦਿੱਤਾ ਜਾਏਗਾ ਨਾ ਤੇ ਹੋਰ ਬੱਚੇ ਇਹਨਾਂ ਨੂੰ ਦੇਖ ਕੇ ਇਸ ਗੱਤਕੇ ਪਿੱਛੇ ਆਣ ਕੇ ਜਿੰਨਾ ਜਿਆਦਾ ਇਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਜਾਵਾਂਗੇ ਨਾ ਇਹਨਾਂ ਨੂੰ ਦੇਖਾ ਦੇਖੀ ਹੋਰ ਬੱਚੇ ਗੱਤਕੇ ਨਾਲ ਜੁੜਨਗੇ ਤੇ ਸਾਡੇ ਐਫਰਟ ਜਾਰੀ ਨੇ ਜਿਵੇਂ ਅੱਜ ਆਪਾਂ ਕਵਰਪਾਲ ਜੀ ਨਾਲ ਮੀਟਿੰਗ ਕੀਤੀ ਹੈ ਗਏ ਕਿ ਉਹ ਬੱਚੇ ਨੂੰ ਆਨ ਸਨਮਾਨ ਦੇ ਉਹਨਾਂ ਨਾਲ ਡਿਬੇਟ ਆਪਾਂ ਕਰ ਰਹੇ ਆ ਗਏ ਉਹ ਜਲਦੀ ਸਾਡੇ ਕੋਲ ਪਹੁੰਚਣਗੇ ਉਸ ਤੋਂ ਬਾਅਦ ਡੀ ਐਸ ਆਫਿਸ ਵਿੱਚ ਵੀ ਸਾਡੀ ਗੱਲ ਹੋ ਚੁੱਕੀ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਕੋਸ਼ਿਸ਼ਾਂ ਹੋ ਸਕਣਗੀਆਂ ਨਾ ਅਸੀਂ ਇਹਨਾਂ ਬੱਚਿਆਂ ਵਾਸਤੇ ਕਰਾਂਗੇ ਸਿਰਫ ਗੱਤਕੇ ਨੂੰ ਪ੍ਰਮੋਟ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਸਟ ਕੁਸਚਨ ਇਹਨਾਂ ਨੂੰ ਸਟੇਟ ਤੱਕ ਤੇ ਹੋ ਚੁੱਕਿਆ ਹੈ ਇਸ ਤੋਂ ਬਾਅਦ ਇਹਨਾਂ ਦਾ ਨੈਸ਼ਨਲ ਹੋਣਾ ਹੈ ਨੈਸ਼ਨਲ ਹੋਣਾ ਬਿਲਕੁਲ ਜੀ ਬਿਲਕੁਲ ਨੈਸ਼ਨਲ ਹੋਣਾ ਹੈ ਇਸ ਤੋਂ ਬਾਅਦ ਨੈਸ਼ਨਲ ਤੋਂ ਬਾਅਦ 올림픽sch वे ਇਹਨਾਂ ਨੇ ਜੋ ਪੂਰੀਆਂ ਕੋਸ਼ਿਸ਼ਾਂ ਜਾਰੀ ਨੇ ਸਾਡੇ ਜੋ ਇਹ ਸਾਰੇ ਨੈਸ਼ਨਲ ਗਤਕਾ ਐਸੋਸੀਏਸ਼ਨ ਦੇ ਜੋ ਪ੍ਰੈਜ਼ੀਡੈਂਟ ਨੇ ਸੁਖਚੈਨ ਵੀਰ ਜੀ ਉਹਨਾਂ ਦੇ ਐਫਰਟਸ ਜਿਹੜੇ ਨੇ ਉਹ ਟੋਟਲੀ ਜਾਰੀ ਨੇ ਜਿਨ੍ਹਾਂ ਦੇ ਮਤਲਬ ਬਹੁਤ ਜ਼ਿਆਦਾ ਐਫਰਟਸ ਹੈਗੇ ਨੇ ਜੋ ਇਸ ਗੇਮ ਨੂੰ 올림픽s ਤੱਕ 2024 ਤੱਕ ਲੈ ਕੇ ਜਾਣਗੇ ਜੀ ਜੀ ਤੁਸੀਂ ਦੇਖ ਸਕਦੇ ਹੋ ਕੋਚ ਸਾਡੇ ਨਾਲ ਹੀ ਨੇ ਇੱਕ ਵਾਰ ਇਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਜੇ ਸਰ ਕੀ ਕੁਝ ਕਹਿਣਾ ਚਾਹੋਗੇ ਬੱਚੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਬੱਚੇ ਨੇ ਸਾਰੇ ਹੀ ਬੱਚੇ ਨੇ ਬੜੀ ਮਿਹਨਤ ਕੀਤੀ ਕਿ ਮਤਲਬ ਜੋ ਇਸ ਮੁਕਾਮ ਤੱਕ ਇਹ ਪਹੁੰਚੇ ਹਨ ਤੇ ਮੈਂ ਧੰਨਵਾਦ ਕਰਦਾ ਹਰਿਆਣਾ ਸਰਕਾਰ ਦਾ ਕਿ ਜਿਨ੍ਹਾਂ ਨੇ ਇਸ ਇਹਨਾਂ ਵੱਡਾ ਪਲੇਟਫਾਰਮ ਸਾਨੂੰ ਦਿੱਤਾ ਕਿ ਸਾਡੇ ਬੱਚੇ ਇਸ ਨੂੰ ਜਿੱਤ ਕੇ ਆਏ ਤੇ ਤੁਸੀਂ ਦੇਖ